ਨਮਸਕਾਰ ਦੋਸਤੋ, ਮੈਂ ਅਸ਼ੋਕ ਚੋਪੜਾ, ਤੁਸੀਂ ਦਿਖ ਰਹੇ ਹੋ ਸਿਟੀ ਹਲਚਲ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਲਾਕੇ ਦੀ ਹਰ ਛੋਟੀ ਬੜੀ ਅਪਡੇਟ ਲੈ ਕੇ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਰੂਬਰੂ ਹੁੰਦੇ ਹਾਂ, ਅਤੇ ਅੱਜ ਦੀ ਵੱਡੀ ਅਪਡੇਟ ਇਹ ਹੈ ਕਿ ਇੱਕ ਸਹਾਰਨਪੁਰ ਤੋਂ ਖੁਰਾਲਗੜ੍ਹ ਜਾ ਰਹੇ ਇੱਕ ਯਾਤਰੀਆਂ ਦਾ ਟੈਂਪੂ ਨੰਗਲ ਫਲਾਈਓਵਰ 'ਤੇ ਕੋਰ ਪਲਟ ਗਿਆ, ਜਿਹਦੇ ਕਰਕੇ 16 ਤੋਂ 17 ਜਿਹੜੇ ਸ਼ਰਧਾਲੂ ਸੀਗੇ ਉਹ ਘਾਇਲ ਹੋਏ ਆ, ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹੋਸਪਿਟਲ ਨੰਗਲ ਉਪਚਾਰ ਵਾਸਤੇ ਭੇਜਿਆ ਗਿਆ। ਦੱਸ ਦੇਵਾਂ ਕਿ ਇਹ ਜਿਹੜੇ ਸ਼ਰਧਾਲੂ ਸੀਗੇ ਸਹਾਰਨਪੁਰ ਤੋਂ ਟ੍ਰੇਨ ਦੇ ਰਾਹੀਂ ਆਏ ਸੀਗੇ, ਲੇਕਿਨ ਟ੍ਰੇਨ ਨੰਗਲ ਰੇਲਵੇ ਸਟੇਸ਼ਨ ਉਤਰਨ ਤੋਂ ਬਾਅਦ ਇਹ ਜਿਹੜੇ ਸ਼ਰਧਾਲੂ ਹੈ ਇੱਕ ਮਾਲ ਵਾਹਕ ਟੈਂਪੂ ਦੇ ਵਿੱਚ ਬਹਿ ਕੇ ਖੁਰਾਲਗੜ੍ਹ ਜਾ ਰਹੇ ਸੀ ਕਿ ਰਸਤੇ 'ਚ ਇਹਨਾਂ ਦਾ ਜਿਹੜਾ ਅਜੋਲੀਮੋਲ ਫਲਾਈਓਵਰ ਹੈ ਉੱਥੇ ਇਹਨਾਂ ਦਾ ਟੈਂਪੂ ਪਲਟ ਗਿਆ। ਹੈਰਾਨੀ ਇਸ ਗੱਲ ਨੂੰ ਵੀ ਲੈ ਕੇ ਹੈ ਕਿ ਜਦ ਟੈਂਪੂ ਪਲਟਿਆ ਉਸ ਵੇਲੇ 16-17 ਯਾਤਰੀ ਘਾਇਲ ਸੀਗੇ, ਲੇਕਿਨ ਜਿਹੜਾ ਟੈਂਪੂ ਮਾਲਕ ਸੀਗਾ ਜਾਂ ਟੈਂਪੂ ਚਾਲਕ ਸੀਗਾ ਉਹ ਟੈਂਪੂ ਸਿੱਧਾ ਕਰਦਾ ਅਤੇ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦਾ। ਅਤੇ ਇਸ ਦੌਰਾਨ ਜਿਹੜੇ ਸ਼ਰਧਾਲੂ ਸੀਗੇ ਉਹ ਟੈਂਪੂ ਦਾ ਨੰਬਰ ਵੀ ਨੋਟ ਨਹੀਂ ਕਰ ਸਕੇ ਤਾਂ ਕਿ ਪੁਲਿਸ ਕੋਲ ਕਿਸੇ ਤਰ੍ਹਾਂ ਦੀ ਰਿਪੋਰਟ ਹੁੰਦੀ। ਇਸ ਬਾਰੇ ਜਾਣਕਾਰੀ ਦਿੰਦੇ ਕੀ ਕਿਹਾ ਇੱਕ ਸ਼ਰਧਾਲੂ ਨੇ, ਤੁਸੀਂ ਖੁਦ ਹੀ ਸੁਣ ਲਓ। ਮੇਰਾ ਨਾਮ ਵਿਕਰਮ ਸਿੰਘ, ਸਹਾਰਨਪੁਰ ਸੇ ਹੈ। ਆਪ ਕਹਾਂ ਸੇ ਆ ਰਹੇ ਥੇ? ਸਹਾਰਨਪੁਰ ਸੇ ਆਏ ਰਹੇ ਥੇ, ਯਹਾਂ ਨਗਲੈਂਡ ਸੇ ਸਟੇਸ਼ਨ ਸੇ ਵੋ ਕਿਹਾ ਥਾ ਛੋਟਾ ਹਾਥੀ। ਠੀਕ ਹੈ ਜੀ, ਕਹਾਂ ਕੇ ਲੀਏ ਜਾ ਰਹੇ? ਯੇ ਖੈਰਾਲਗੜ੍ਹ ਕੇ ਲੀਏ। ਖੈਰਾਲਗੜ੍ਹ ਕਿਆ ਹੁਆ ਥਾ? ਖੈਲ ਯੇ ਹੋ ਰਾਸਤੇ ਮੇਂ ਕਿ ਉਸ ਡਰਾਈਵਰ ਕੋ ਪਤਾ ਨਹੀਂ ਥਾ ਰਾਸਤਾ ਕਹਾਂ ਹੈ, ਉਦੋਂ ਬੈਕ ਗਲਤ ਰਾਸਤੇ ਵਿੱਚ ਲਗਾ ਤਾ, ਫਿਰ ਰਾਸਤੇ ਪਤਾ ਕੀ ਆ, ਕਹਿੰਦਾ ਬਈ ਗਲਤ ਰਾਸਤੇ ਆ ਗਿਆ, ਬੈਕ ਕਰਤਾ ਉਸ ਬੈਕ, ਜਿਸੇ ਪੁਲਿਸ ਡਲਾਂ ਸੇ ਉਤਰਾ ਉਸ ਗਾੜੀ ਕੇ ਜਾਣਾ, ਇਕਦਮ ਨਿਯੰਤਰਣ ਸੇ ਖੋ ਗਿਆ ਥਾ, ਤੁਰੰਤ ਗਾੜੀ ਪਲਟ ਗਈ। ਕਿਤਨੇ ਜਣੋਂ ਕੋ ਚੋਟ? ਦੋ ਕਰੀਬ 15-16 ਲੋਕ ਹੈ, ਸਭੀ ਕੋ ਚੋਟ ਹੈ, ਕਾਫੀ ਚੋਟੇ ਹੈ। ਟੈਂਪੂ ਵਾਲਾ ਕਹਾਂ ਗਿਆ? ਚਲਾ ਗਿਆ ਉਹ, ਬਾਕੀ ਨੰਬਰ ਨੰਬਰ ਨਹੀਂ, ਨੰਬਰ ਕੋਈ ਨਹੀਂ ਹੈ, ਲੇਕਿਨ ਉਹ ਜੈ ਸਟੇਸ਼ਨ ਕੇ ਪਾਸ ਮੇਂ ਜਹਾਂ ਸੇ ਬੁੱਕ ਕੀਆ ਥਾ ਵਹਾਂ ਪੇ ਉਸਕੀ ਜਾਣਕਾਰੀ ਹੈ। ਅੱਛਾ, ਸਵਾਰੀ ਵਾਲਾ ਟੈਂਪੂ ਥਾ ਕਿ ਦੂਸਰਾ ਥਾ? ਵੈਸਾ ਦਾ ਮਾਲ ਵਾਲਾ ਥਾ। ਮਾਲ ਵਾਲਾ ਜੀ, ਛੋਟਾ ਹਾਥੀ ਥਾ, ਜੋ ਬਰਾਬਰ ਮੇਂ ਸਟੈਂਡ ਹੈ ਰੇਲਵੇ ਸਟੇਸ਼ਨ ਕੇ ਨਕਲ ਡੈਮ ਕੇ ਸਟੇਸ਼ਨ ਮੇਂ ਬਰਾਬਰ ਸਟੇ ਹੋਇਆ ਹੈ, ਪਾਰਕਿੰਗ ਕਾ ਉਸਨੇ ਕਰਕੇ ਦਿਆ ਥਾ ਪਾਰਕਿੰਗ ਵਾਲੇ ਨੇ। ਇਸ ਬਾਰੇ ਜਾਣਕਾਰੀ ਦਿੰਦੇ ਕੀ ਕਿਹਾ ਪਾਰਸ਼ਦ ਦੀਪਕ ਨੰਦਾ ਨੇ, ਇਹ ਵੀ ਸੁਣੋ। ਅੱਜ ਥੋੜ੍ਹੀ ਦੇਰ ਪਹਿਲਾਂ ਸਾਨੂੰ ਇੱਕ ਫੋਨ ਆਇਆ ਕਿ ਅਜੋਲੀ ਫਲਾਈਓਵਰ ਦੇ ਇੱਕ ਟੈਂਪੂ ਜਿਹੜਾ ਜਿਹ 'ਚ ਸਵਾਰੀਆਂ ਸੀਗੀਆਂ ਤਕਰੀਬਨ 15-16 ਯਾਤਰੂ ਸੀਗੇ ਉਹ ਪਲਟ ਗਿਆ। ਤੁਰੰਤ ਅਸੀਂ ਮੌਕੇ 'ਤੇ ਪਹੁੰਚੇ, ਇਹਦੇ ਵਿੱਚ ਤਕਰੀਬਨ 16 ਜਣੇ ਸੀ, ਇਹ ਸਹਾਰਨਪੁਰ ਤੋਂ ਆਏ ਸੀ ਖੁਰਾਲਗੜ੍ਹ ਜਾ ਰਹੇ ਸੀ, ਅਤੇ ਇਹਨਾਂ 'ਚੋਂ ਤਕਰੀਬਨ 6 ਬੰਦਿਆਂ ਨੂੰ ਗੰਭੀਰ ਸੱਟਾਂ ਲੱਗੀਆਂ। ਇੱਕ ਟੈਂਪੂ ਸੀਗਾ ਸਵਾਰੀ ਜਿਹੜਾ ਮਾਲ ਵਾਲਾ ਉਹ 'ਚ ਆਏ ਸੀਗੇ ਬਹਿ ਕੇ, ਖੁਰਾਲਗੜ੍ਹ ਚੱਲੇ ਸੀਗੇ, ਰਸਤੇ 'ਚੋਂ ਪਲਟ ਗਿਆ ਅਤੇ ਉਹ ਟੈਂਪੂ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਇਹਨਾਂ ਨੂੰ ਛੱਡ ਕੇ। ਅਸੀਂ ਆ ਕੇ ਇੱਥੇ ਐਂਬੂਲੈਂਸ ਰਾਹੀਂ ਇਹਨਾਂ ਨੂੰ NFL ਦੀ ਐਂਬੂਲੈਂਸ ਆਈ ਸੀ, ਅਸੀਂ ਇਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਅਤੇ ਹੋਰ ਵੀ ਇਹਨਾਂ ਸਵਾਰੀਆਂ ਨੂੰ ਜਿਹੜੀ ਕੋਈ ਦੁੱਖ ਤਕਲੀਫ ਸੀਗੀ ਇਹਦੀ ਪੁੱਛੀ, ਪਾਣੀ ਪੂਣੀ ਪਿਲਾਇਆ ਅਤੇ ਇਹ ਸਾਰੇ ਹੁਣ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਹੈ ਅਤੇ 100 ਨੰਬਰ 'ਤੇ ਵੀ ਕਾਲ ਕਰ ਦਿੱਤੀ। ਸਿਟੀ ਹਲਚਲ ਲਈ ਨੰਗਲ ਤੋਂ ਕਰਨ ਚੋਪੜਾ ਦੀ ਰਿਪੋਰਟ।